ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ? ਠੀਕ ਠਾਕ ਹੋ? ਸਭ ਤੋਂ ਪਹਿਲਾਂ ਤਾਂ ਧੰਨਵਾਦ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ, ਮੇਰਾ ਚੈਨਲ ਕੈਨੇਡੀਅਨ ਵੀ ਪੰਜਾਬ ਨੂੰ ਦੇਖਣ ਲਈ। ਅੱਜ ਆਪਾਂ ਗੱਲ ਕਰਦੇ ਹਾਂ ਜੀ ਕੈਨੇਡੀਅਨ ਰੇਲਵੇ ਇੱਥੇ ਕਿੱਦਾਂ ਵਰਕ ਕਰਦੀ ਹੈ। ਮੇਰਾ ਮੂਡ ਸੀ ਜਾਣਦਾ ਜੀ, ਮੈਂ ਕਿਹਾ ਚੱਲ ਮੈਂ ਦੇਖਾਂ ਵੀ ਕਿਵੇਂ ਟਰੈਵਲ ਕਰਦੇ ਹਾਂ ਕੈਨੇਡਾ ਦੇ ਵਿੱਚ ਆਪਾਂ। ਫਿਰ ਮੈਂ ਕਿਹਾ ਚੱਲ ਨਾਲ ਵੀਡੀਓ ਬਣਾ ਲਈਏ, ਤੁਹਾਨੂੰ ਦਿਖਾਉਂਦੇ ਹਾਂ ਵੀ ਕਿਵੇਂ ਚੱਲਦਾ। ਤੁਸੀਂ ਦੇਖ ਸਕਦੇ ਪਿੱਛੇ ਮੇਰੇ ਰੇਲਵੇ ਟਰੈਕ ਦੇਖ ਸਕਦੇ ਹੋ, ਪਿੱਛੇ ਸਾਰਾ ਵਿਊ। ਇੱਥੇ ਸਾਰਾ ਕੁਛ ਡਿਫਰੈਂਟ ਹੈ, ਤੁਸੀਂ ਜੇ ਦੇਖੋਗੇ ਬਾਹਰ। Special trains will be operating to bring you downtown and home safely after noon in the evening. Check schedules before you travel at gotransit.com. La veille du jour de l'an, le service de vos transits sera gratuit à compter de 19h. Des trains spéciaux circuleront pour vous emmener au centre-ville et vous ramener à la maison en toute sécurité après l'arrivée de la nouvelle année. Consultez les horaires avant de vous déplacer à gotransit.com/fr. ਲਓ ਜੀ, ਇਹਨਾਂ ਨੇ ਅਨਾਊਂਸਮੈਂਟ ਕੀਤੀ ਆ ਹੁਣੀ ਹੁਣੀ, ਤੁਸੀਂ ਸੁਣੀ ਹੋਣੀ ਆ ਪਿੱਛੇ। ਪਹਿਲਾਂ ਇਹਨਾਂ ਨੇ ਇੰਗਲਿਸ਼ 'ਚ ਕੀਤੀ ਆ, ਬਾਅਦ 'ਚ ਇਹਨਾਂ ਨੇ ਕੀਤੀ ਆ ਫ੍ਰੈਂਚ ਦੇ ਵਿੱਚ। ਇਹਨਾਂ ਨੇ ਇਹ ਦੱਸਿਆ ਜੀ ਵੀ ਕੱਲ੍ਹ ਨੂੰ ਆਪਣੇ ਲਾਸਟ ਦਾ ਆਪਣੇ ਸਾਲ ਦਾ ਲਾਸਟ ਦਿਨ ਆ ਸੈਟਰਡੇ, ਸੰਡੇ ਨੂੰ ਨਵਾਂ ਸਾਲ ਆ। ਅਤੇ ਇੱਥੇ ਦੇਖੋ ਗਵਰਨਮੈਂਟ ਆਪਣਾ ਕਿੰਨਾ ਧਿਆਨ ਰੱਖਦੇ ਹਰ ਚੀਜ਼ ਦਾ। ਉਹਨਾਂ ਨੇ ਕੱਲ੍ਹ ਦੇ ਲਈ, ਕੱਲ੍ਹ ਨੂੰ ਜਿਹਨਾਂ ਨੇ ਮਤਲਬ ਕਿ ਸ਼ਾਮ ਨੂੰ ਜਾਣਾ ਵਾ ਡਾਊਨ ਟਾਊਨ ਟੋਰੋਂਟੋ, ਸੀਐਨ ਟਾਵਰ ਜਾਣਾ, ਨੈਥਨ ਫਿਲਿਪਸ ਸਕੇਅਰ ਜਾਣਾ ਵਾ, ਤੁਸੀਂ ਆਪਣਾ ਇੰਜੋਇਮੈਂਟ ਕਰਨ ਜਾਣਾ, ਤਾਂ ਇਹ ਕੀ ਕਰ ਦਿੰਦੇ ਜਿਹੜੀ ਪਬਲਿਕ ਸਰਵਿਸਿਜ਼ ਨੇ ਉਹ ਫਰੀ ਕਰ ਦਿੰਦੇ ਨੇ। ਇਹਨਾਂ ਨੇ ਹੁਣ ਉਹ ਅਨਾਊਂਸਮੈਂਟ ਕੀਤੀ ਆ ਵੀ ਕੱਲ੍ਹ ਨੂੰ ਜਿਹਨਾਂ ਨੇ ਵੀ ਜਾਣਾ ਨੈਥਨ ਫਿਲਿਪਸ ਸਕੇਅਰ ਜਾਣਾ ਵਾ, ਸੀਐਨ ਟਾਵਰ, ਟੋਰੋਂਟੋ ਡਾਊਨ ਟਾਊਨ 'ਚ ਨੇ ਇਹ ਚੀਜ਼ਾਂ, ਤਾਂ ਤੁਸੀਂ ਫਰੀ ਆਫ ਕੋਸਟ ਜਾ ਸਕਦੇ ਹੋ। ਪਰ ਤੁਹਾਨੂੰ ਆਪਣਾ ਸਕੈਡਿਊਲ ਚੈੱਕ ਕਰ ਲਿਓ ਕਿਹੜੀ ਟ੍ਰੇਨ ਅਤੇ ਤੁਸੀਂ ਜਾਣਾ ਜੇ ਕਿਹੜੀ ਟ੍ਰੇਨ ਜਾਂਦੀ ਹੈ, ਕਿਉਂਕਿ ਇੱਥੇ ਕੈਨੇਡਾ ਦੇ ਵਿੱਚ ਨਾ ਨੌਰਥ ਸਾਈਡ, ਸਾਊਥ ਸਾਈਡ, ਈਸਟ ਵੈਸਟ ਦਾ ਬਹੁਤ ਧਿਆਨ ਰੱਖਣਾ ਪੈਂਦਾ, ਕਿਉਂਕਿ ਟ੍ਰੇਨ ਨੰਬਰ ਸੇਮ ਹੀ ਹੁੰਦਾ ਵਾ, ਪਰ ਉਹ ਸਾਊਥ ਜਾ ਰਹੀ ਨੌਰਥ ਜਾ ਰਹੀ ਹੈ ਇਹਦਾ ਧਿਆਨ ਰੱਖਣਾ ਪੈਂਦਾ, ਕਿਉਂਕਿ ਕਈ ਵਾਰੀ ਬੰਦਾ ਨੌਰਥ ਦੇ ਭੁਲੇਖੇ ਸਾਊਥ ਚੜ੍ਹ ਜਾਂਦਾ, ਸਾਊਥ ਦੇ ਭੁਲੇਖੇ ਨੌਰਥ ਚੜ੍ਹ ਜਾਂਦਾ, ਉਹਦਾ ਬਹੁਤ ਫਰਕ ਪੈਂਦਾ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਬਹੁਤ ਧਿਆਨ ਰੱਖਣਾ ਆਪਾਂ। ਇਹਨਾਂ ਨੂੰ ਜਸਟ ਆਪਾਂ ਨੂੰ ਇਹੀ ਹੁਣ ਐਡਵਾਈਸ ਦਿੱਤੀ ਹੈ ਵੀ ਤੁਸੀਂ ਆਪਣਾ ਕੱਲ੍ਹ ਨੂੰ ਸਕੈਡਿਊਲ ਚੈੱਕ ਕਰਿਓ, ਚੈੱਕ ਕਰਨ ਦੇ ਨਾਲ ਆਪਣਾ ਤੁਸੀਂ ਜਿੱਥੇ ਵੀ ਜਾਣਾ ਵਾ ਤਾਂ ਤੁਸੀਂ ਜਾ ਸਕਦੇ ਹੋ। ਅਤੇ ਬਾਕੀ ਮੈਂ ਤੁਹਾਨੂੰ ਦਿਖਾਉਣਾ ਵਾ ਵੀ ਬਾਹਰ ਦਾ ਵਿਊ ਕਿੱਦਾਂ ਦਾ, ਸਟੇਸ਼ਨ ਦੇ ਉੱਪਰ ਕਿਵੇਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ, ਕਿਵੇਂ ਤੁਸੀਂ ਸਕਰੀਨਸ ਨੂੰ ਸਕਰੀਨ ਤੋਂ ਸਾਰੀ ਡਿਟੇਲ ਤੁਹਾਨੂੰ ਦਿੱਤੀ ਹੁੰਦੀ ਹੈ, ਤੁਸੀਂ ਉੱਥੋਂ ਆਪਣਾ ਦੇਖ ਕੇ ਟਾਈਮ ਚੈੱਕ ਕਰਕੇ ਤੁਸੀਂ ਜਾ ਸਕਦੇ ਹੋ। ਠੀਕ ਹੈ ਜੀ, ਸਾਰੀ ਇਨਫੋਰਮੇਸ਼ਨ ਤੁਸੀਂ ਦੇਖ ਸਕਦੇ ਹੋ ਜੀ, ਕਿਹੜੀ ਕਿਹੜੀ ਟ੍ਰੇਨ ਕਿੱਧਰ ਨੂੰ ਜਾਣੀ ਆ, ਕਿੱਦਾਂ ਤੁਸੀਂ ਟਰੈਵਲ ਕਰਨਾ, ਕਿਹੜਾ ਨੰਬਰ ਚੈੱਕ ਕਰਨਾ, ਹਰ ਚੀਜ਼ ਮੈਨਸ਼ਨ ਆ ਜੀ ਨਾਲ ਦੀ ਨਾਲ। ਸਭ ਤੋਂ ਵਧੀਆ ਗੱਲ ਇਹ ਲੱਗਦੀ ਹੈ ਜੀ ਇੱਥੇ ਵੀ ਜਿੱਦਾਂ ਕਹਿ ਲਓ ਵੀ ਰਸ਼ ਨਹੀਂ ਹੈਗਾ, ਆਪਣੇ ਉੱਥੇ ਸਟੇਸ਼ਨ ਤੋਂ ਪਰ ਜਿਵੇਂ ਰਸ਼ ਹੁੰਦਾ, ਭੀੜ ਭੜੱਕਾ ਹੁੰਦਾ, ਇੱਥੇ ਰਸ਼ ਨਹੀਂ ਹੈਗਾ, ਕਿਉਂਕਿ ਹਰ ਬੰਦਾ ਬਿਜ਼ੀ ਸੀ, ਜਿਹਨੇ ਜਾਣਾ ਆਪਣੇ ਟਾਈਮ ਨਾਲ ਆਉਣਾ ਅਤੇ ਟਾਈਮ ਨਾਲ ਆ ਕੇ ਆਪਣਾ ਟਰੈਵਲ ਕਰਨਾ ਜਾਂ ਜਾਣਾ ਜਾਂ ਕੁਛ ਵੀ ਹੈ। ਅੰਦਰ ਬੈਠਣ ਲਈ ਤੁਹਾਨੂੰ ਬਾਹਰ ਬੈਠਣ ਲਈ ਪਹਿਲਾਂ ਤਾਂ ਚੇਅਰਸ, ਹਰ ਚੀਜ਼, ਜਿਵੇਂ ਠੰਡ ਦੇ ਵਿੱਚ ਤੁਹਾਨੂੰ ਪਤਾ ਵੀ ਬਾਹਰ ਠੰਡ ਬਹੁਤ ਹੁੰਦੀ ਇੱਥੇ ਜੀ, ਅੰਦਰ ਤੁਸੀਂ ਜੀ ਆਪਣਾ ਆਰਾਮ ਨਾਲ ਖੜੋ, ਠੰਡ ਤੋਂ ਬਚਦਾ ਇੱਕ ਤਾਂ ਬੰਦਾ, ਇੱਕ ਬੈਠਣ ਲਈ ਤੁਹਾਨੂੰ ਚੇਅਰਸ ਹੈਗੀਆਂ ਨੇ ਬੈਠਣ ਲਈ ਬਣਿਆ, ਸਾਰਾ ਸਿਸਟਮ ਬਹੁਤ ਵਧੀਆ। ਬਸ ਆਹੀ ਚੀਜ਼ਾਂ ਨੇ ਜੀ ਜਿਹੜੀਆਂ ਕਿ ਇੱਥੋਂ ਲਾਈਫ ਨੂੰ ਵਧੀਆ ਬਣਾਉਂਦੀਆਂ ਨੇ, ਬੰਦੇ ਨੂੰ ਈਜ਼ੀ ਥੋੜ੍ਹਾ ਹੋ ਜਾਂਦਾ, ਬੰਦਾ ਆਰਾਮ ਨਾਲ ਆਪਣਾ ਇੰਜੋਏ ਕਰਦਾ, ਕੋਈ ਪ੍ਰੋਬਲਮ ਨਹੀਂ ਹੁੰਦੀ। ਇਹ ਸਾਰੀ ਪਾਰਕਿੰਗ ਹੈ ਜੀ, ਤੁਸੀਂ ਆਪਣੀ ਗੱਡੀ ਪਾਰਕਿੰਗ ਜਿਹੜੀ ਲਾਉਣੀ ਆ, ਪਾਰਕਿੰਗ ਲਾ ਕੇ ਆਪਣਾ ਅਤੇ ਤੁਸੀਂ ਸਟੇਸ਼ਨ 'ਤੇ ਆ ਕੇ ਆਪਣੀ ਟ੍ਰੇਨ ਫੜੋ। ਆ ਸਾਰੇ ਇੱਦਾਂ ਬੂਥ ਬਣੇ ਹੋਏ ਨੇ ਕਿਉਂਕਿ ਠੰਡ ਬਹੁਤ ਹੁੰਦੀ ਹੈ ਇੱਥੇ, ਇਹਦੀ ਕਰਕੇ ਜਿਵੇਂ ਤੁਹਾਨੂੰ ਠੰਡ ਦੇ ਵਿੱਚ ਤੁਸੀਂ ਅੰਦਰ ਬੈਠਣਾ ਆਪਣਾ ਆਰਾਮ ਨਾਲ ਬੈਠ ਸਕਦੇ ਹੋ। ਸਾਰੀ ਇਨਫੋਰਮੇਸ਼ਨ ਨਾਲ ਦੀ ਨਾਲ ਉੱਪਰ ਹਰ ਜਗ੍ਹਾ ਤੁਹਾਨੂੰ ਇੰਡੀਕੇਸ਼ਨ ਮਿਲੀ ਜਾਂਦੀ ਹੈ ਕਿੱਥੇ ਜਾਣਾ, ਕੀ ਕਰਨਾ, ਹਰ ਚੀਜ਼ ਤੁਹਾਨੂੰ ਈਜ਼ੀਲੀ ਆ, ਕੋਈ ਔਖਾ ਨਹੀਂ ਹੈਗਾ। ਹਰ ਚੀਜ਼ ਬੰਦੇ ਨੂੰ ਪਹਿਲਾਂ ਨਵੇਂ ਨਵੇਂ ਨੂੰ ਲੱਗਦਾ ਹੁੰਦਾ ਵੀ ਯਾਰ ਮੈਂ ਗਲਤ ਨਾ ਚਲੇ ਜਾਵਾਂ ਕਿੱਦਾਂ, ਬਟ ਸੈੱਟ ਹੋ ਜਾਂਦਾ ਸਾਰਾ ਕੁਛ। ਵੈਸੇ ਮੈਂ ਵੇਟ ਕਰ ਰਿਹਾ ਵੀ ਜੇ ਟ੍ਰੇਨ ਆ ਜਾਵੇ ਤਾਂ ਤੁਹਾਨੂੰ ਮੈਂ ਟ੍ਰੇਨ ਵੀ ਦਿਖਾਵਾਂ, ਇੱਥੇ ਦੀਆਂ ਟ੍ਰੇਨਸ ਕਿੰਨੀਆਂ ਵਧੀਆ ਨੇ, ਕਿੰਨੀਆਂ ਕੰਫਰਟੇਬਲ ਨੇ, ਪਰ ਦੇਖਦੇ ਹਾਂ ਜੇ ਆਪਾਂ ਨੂੰ ਮਿਲਿਆ ਮੌਕਾ ਤਾਂ ਫਿਰ ਆਪਾਂ ਕਰਦੇ ਹਾਂ, ਤੁਹਾਨੂੰ ਦਿਖਾਉਂਦੇ ਹਾਂ ਟ੍ਰੇਨ ਵੀ। ਅਤੇ ਤੁਸੀਂ ਦੇਖ ਸਕਦੇ ਹੋ ਜੀ ਸਫਾਈ
रेलवे लाइन की सफाई देखो तुसीं, क्लीनिंगनेस का किन्ना ध्यान रखते हैं। इंडिया भी आप माड़ा नहीं कहने, इंडिया के हर चीज़ ठीक है, बट उत्थे सिर्फ सिस्टम नहीं वधिया तरीके चलाते, फर्क इन्ना ही है बस। इतने एक ट्रेन चलती है जी कैनेडा दे, गो गवर्नमेंट ट्रेन, गो ट्रेन चलती है जी। हेलो, हाउ यू? गुड। Thank you, bye bye. बाकी तुसीं स्टेशन सारा देख ही लिया जी, ट्रेन्स टाइम नाल आ रही तो टाइम नाल जा रही, अनाउंसमेंट हो रही है न्यूईयर करके, तो वो जिम्मे कह लो न्यूईयर करके, तुम्हें पता लोगों को बहुत हर जगह ही बंद चा हों, इतने लोगों को स्पैशली चा हों, क्योंकि पब्लिक जी है ट्रांसपोर्ट फ्री हो जाती है जी। आज थोड़ा दस दें जी आप स्टेशन पर किमें आ सकते हैं तो किमें जा सकते हैं। वैसे हम वापस चलने आप, आज तुम दिखाने आ जाओ। इदा जी टनल वाले अंदर ये उपर की लाइन क्रॉस होंगी है जी, यदि करके उन्होंने अंदर भी अपन एंट्रेंस दी है। आ जाओ हम आप चलते जी बस बहर, अपनी पार्किंग गड्डी खड़ी है बहर, दैन इदा जी छोटी छोटी चीज़ा बनिया हुई ने, देखो तुम देख सकते हो। खाण पीन लिए भी जो थोड़ा कुछ खाने चाहिए तुम अपना पे करो, टैप करो, दैन जो भी थोड़ा चाहिए सिलेक्ट करो, नंबर आ जाता। इधर कोल्ड ड्रिंक वगैरह सारे जी जोड़े भी थोड़ा चाहिए वा वो अकॉर्डिंग पे करो, टैप अपने ऑटोमैटिक हों, डेबिट क्रैडिट डेबिट जो भी हों, तो पे करो तो चीज़ अपनी लै सकते हो। दैन इतने इदा जी ट्रांसमीटर लगे इन्हों के, गवर्नमेंट ने सारा कुछ ऑटोमैटिक सैट किया होया, तुसी टिकट लेनी है कितने जाना वा तुहानू पता होना चाहिए वा, तो वो अकॉर्डिंगली तुसी टैप करो, तुहाडे पैसे कटे जाते हैं, टिकट लो तो जाओ, बस और कुछ नहीं जी, यही कुछ है जी। आ सारा टिकट का सिस्टम यह भी बनाया है सारा सिस्टम, मतलब हर चीज़ ऑनलाइन है जी, इतने कोई नहीं बैठा। तुसी अपने जिवें इंडिया वांगू आपां कह दिंदे जी इंडिया जी, क्योंकि मोस्ट पहले आपां देखते हैं आप भी उत्थे बंदे बैठे ने, बंदा कहना सानू टिकट दे दो जी, इत्थे इत्थे किसी नूं कुछ नहीं पुछना, सब तुहाडा ऑटोमैटिक, हर चीज़ आपे करनी है जी। ठीक है जी, अज तुहानू बाहर दिखाने जी, बाहर मैप भी बनया है तो भी ट्रेन कितों किधर जाने समझ कुछ नहीं आ रहा, तो पिछे तुहाडे देख सकते हो बस खड़ी है जी, वो भी जूम बसा ने इत्थे कि जिहड़ी कि स्टेशन के उपर ही है जी, तुहानू हर चीज़ मिल जाती इत्थे, तुसीं अपना उत्थे जाना, तुसीं उहदे अकॉर्डिंगली नंबर देखो अपना तो जाओ। बाकी तुहानू बाहर मैप दिखाने जी, बाहर मैप बनया हुआ वा, जे तुहानू गाइडेंस चाहिए आ। इत्थे आ देखो जी, आ भी बटन ने, डोर ऑटोमैटिक खुल जांदे अपने। तुहानू एक होर चीज़ मेरे ध्यान चाहिए हुण, आ तुसीं देख सकदे जी ट्रांसमीटर लगे हुए ने सारे, ये जिहड़ी ट्रेन है जी गो ट्रेन आ, एक ही ट्रेन चलती है कैनेडा च गो ट्रेन, ये जो आप कार टैप करते हैं जी, इहदी पेमेंट टैप तो हुंदी आ, इहदे च जिथों तुसीं चढ़ना उत्थे टैप, तो जिथे आके तुसीं स्टेशन तो उतरे उत्थे टैप, दैन उहदे अकॉर्डिंग तुसीं जिन्ना डिस्टेंस गो स्टेशन गो ट्रेन थ्रू तुसीं गए हो तुसीं उन्ना पे कर दिंदे हो, इत्थे सिस्टम इदां चलदे जी। बाकी आज तुहानू दिखाउणे उधर मैप भी आ, तुसीं देख सकदे हो व्यू बाहर कितना, अज्ज मौसम बहुत वधिया जी, ठंड नहीं हैगी अज्ज, इहदी करके अज्ज
ਤੁਹਾਡੇ ਲਈ ਅਸੀਂ ਵੀਡੀਓ ਬਣਾ ਸਕਦੇ ਹਾਂ, ਨਹੀਂ ਤਾਂ ਠੰਡ ਦੇ ਵਿੱਚ ਵੀਡੀਓ ਬਣਾਉਣੀ ਮੁਸ਼ਕਲ ਹੋ ਜਾਂਦਾ ਕੰਮ, ਪਰ ਕੋਸ਼ਿਸ਼ ਕਰੀਦੇ ਵੀ ਤੁਹਾਡੇ ਲਈ ਨਵੀਂ ਤੋਂ ਨਵੀਂ ਚੀਜ਼ ਲੈ ਕੇ ਆਈਏ। ਆ ਜੋ ਤੁਹਾਨੂੰ ਮੈਪ ਦਿਖਾਉਂਦੇ ਹਾਂ, ਮਾਲਟਨ ਗੋ ਸਟੇਸ਼ਨ ਦਾ ਮੈਪ ਆ ਜੀ, ਇਹਨਾਂ ਨੇ ਲਾਇਆ ਹੋਇਆ ਵਾ। ਹਰ ਜਿਹੜੀ ਨਵੀਂ ਨਵੀਂ ਹੁੰਦੀ ਹੈ ਆਪਾਂ ਨੂੰ ਪਹਿਲਾਂ ਲੱਭਣੀ ਕਰਨੀ ਪੈਂਦੀ ਹੈ, ਦੇਖਣੀ ਪੈਂਦੀ ਹੈ ਉਹਦੇ ਅਕੋਰਡਿੰਗ ਕੀ ਚੱਲਦਾ ਵਾ। ਦੈਨ ਫੇਅਰ ਨੇ ਸਾਰੇ, ਇੱਧਰ ਦੇਖੋ ਜੀ, ਤੁਸੀਂ ਦੇਖ ਸਕਦੇ ਹੋ ਪ੍ਰਾਈਜ਼ ਲਿਖੇ ਹੋਏ ਨੇ, ਤੁਸੀਂ ਕੀ ਦੇਣਾ, ਕਿਵੇਂ ਕਿਵੇਂ ਕਰਨਾ, ਕੈਸ਼ ਪੇ ਕਰਨਾ ਤੁਸੀਂ ਜੀ। ਠੀਕ ਹੈ ਜੀ, ਬੱਚੇ ਲਈ ਦੇਖੋ, ਉਹਨਾਂ ਨੇ 6 ਤੋਂ 12 ਸਾਲ ਦੇ ਬੱਚੇ ਲਈ $1.75, ਯੂਥ ਲਈ 13 ਤੋਂ 19 ਸਾਲ ਲਈ ਆਈ ਡੀ ਚਾਹੀਦੀ ਆ, ਦੈਨ ਉਹਦੇ ਲਈ $2.35। ਸਰ ਜੀ ਇੱਦਾਂ ਲੱਗੀ ਹੋਈ ਜੀ, ਸੀਨੀਅਰ ਅਡਲਟ ਦੀ ਹਰ ਚੀਜ਼, ਬੱਚੇ ਲਈ ਹਰ ਚੀਜ਼ ਲੱਗੀ ਹੋਈ ਆ, ਇਸ ਕਰਕੇ ਬੰਦਾ ਕਨਫਿਊਜ਼ ਨਹੀਂ ਹੁੰਦਾ। ਮੈਪ ਦੇਖੋ, ਠੀਕ ਹੈ ਜੀ, ਅਤੇ ਦੈਨ ਤੁਹਾਨੂੰ ਹਰ ਚੀਜ਼ ਅਵੇਲੇਬਲ ਆ ਜੀ। ਹੁਣ ਤੁਸੀਂ ਦੇਖ ਸਕਦੇ ਪਿੱਛੇ ਉੱਧਰ ਬੱਸ, ਇਹ ਜ਼ੂਮ ਬੱਸ ਆ ਜੀ, ਇੱਥੇ 2-3 ਬੱਸ ਚੱਲਦੀਆਂ, ਇੱਕ ਜ਼ੂਮ ਬੱਸ ਚੱਲਦੀ, ਇੱਕ ਬ੍ਰੈਂਪਟਨ ਚੱਲਦੀ ਹੈ ਜੀ, ਬ੍ਰੈਂਪਟਨ ਟ੍ਰਾਂਸਲੇਟ ਚੱਲਦੀ ਆ। ਇਹ ਜਿਹੜੀ ਜ਼ੂਮ ਬੱਸ ਆ ਜੀ ਅਤੇ ਬ੍ਰੈਂਪਟਨ ਟ੍ਰਾਂਸਲੇਟ ਦਾ ਫਰਕ ਕੀ ਆ? ਫਰਕ ਥੋੜ੍ਹਾ ਜਿਹਾ ਫਰਕ ਆ, ਜ਼ਿਆਦਾ ਫਰਕ ਨਹੀਂ ਹੈ ਜੀ। ਜਿਹੜੀ ਜ਼ੂਮ ਬੱਸ ਆ ਜੀ, ਇਹਦੇ ਜਿਹੜੀ ਜੀ ਆਪਾਂ ਸਟੇਸ਼ਨ ਕਹਿ ਦਿੰਦੇ ਹਾਂ, ਥੋੜ੍ਹੇ ਜਿਹੇ ਦੂਰ ਹੁੰਦੇ ਨੇ, ਇਹ ਮਤਲਬ ਲੌਂਗ ਡਿਸਟੈਂਸ ਲਈ ਹੁੰਦੀ ਹੈ। ਠੀਕ ਹੈ, ਜਿਹੜੀ ਬ੍ਰੈਂਪਟਨ ਨਾਲ ਟ੍ਰਾਂਸਲੇਟ ਆ ਜੀ, ਉਹ ਜਿਵੇਂ ਕਹਿ ਲਓ ਤੁਸੀਂ, ਤੁਹਾਨੂੰ 100-100 ਮੀਟਰ ਦੇ ਉੱਪਰ ਤੁਹਾਨੂੰ ਉਹਦੇ ਮਿਲ ਜਾਣੇ ਸਟੇਸ਼ਨ ਜਿੱਥੇ ਬੱਚੇ ਆਪਣੇ ਬੱਸ ਸਟੈਂਡ ਹੁੰਦਾ ਵਾ, ਅਤੇ ਉਹਦਾ ਇੰਨਾ ਹੀ ਫਰਕ ਆ ਜੀ, ਹੋਰ ਕੋਈ ਖਾਸ ਫਰਕ ਨਹੀਂ ਹੈ ਜ਼ਿਆਦਾ। ਅਤੇ ਇਹ ਵੀ ਮੈਂ ਇਹ 'ਚ ਵੀ ਸਫ਼ਰ ਕੀਤਾ ਜੀ, ਵਧੀਆ ਸਫ਼ਰ, ਇਹਨਾਂ ਦਾ ਬੱਸਾਂ ਦਾ ਵੀ ਇੰਜੋਏ ਕਰਨਾ ਚਾਹੀਦਾ, ਮੈਂ ਸਾਲ ਭਰ ਕੀਤਾ ਜੀ, ਅਤੇ ਬਸ ਹੁਣ ਉਸ ਤੋਂ ਬਾਅਦ ਗੱਡੀ ਲੈ ਲਈ ਸੀ, ਦੈਨ ਲੋੜ ਨਹੀਂ ਪਈ। ਆ ਜਾਓ ਆਪਾਂ ਚੱਲੀਏ ਹੁਣ, ਆਪਣੀ ਗੱਡੀ ਖੜੀ ਹੈ ਜੀ ਪਾਰਕਿੰਗ 'ਚ, ਤੁਹਾਨੂੰ ਦਿਖਾਉਣੇ ਨਾਲੇ ਪਾਰਕਿੰਗ ਸਪੇਸ ਕਿੰਨੀ ਇਹਨਾਂ ਕੋਲ, ਹਰ ਚੀਜ਼ ਇਹ ਕਿੱਦਾਂ ਮੈਨੇਜ ਕਰਦੇ ਆ, ਕਿਉਂਕਿ ਇਹਨਾਂ ਕੋਲ ਜਗ੍ਹਾ ਹੀ ਬਹੁਤ ਜ਼ਿਆਦਾ ਜੀ। ਇੱਥੇ ਦੇਖੋ ਜੀ, ਜਗ੍ਹਾ ਜਗ੍ਹਾ ਦੇ ਉੱਪਰ ਮਸ਼ੀਨਾਂ ਲੱਗੀਆਂ ਨੇ, ਤੁਸੀਂ ਔਨਲਾਈਨ ਆਪਣੀ ਟਿਕਟਸ ਫੋਨ ਤੋਂ ਵੀ, ਇੰਟਰਨੈਟ ਆਪਣੇ ਹਰੇਕ ਦੇ ਫੋਨ 'ਤੇ ਚੱਲਦਾ, ਫੋਨ ਤੋਂ ਵੀ ਲੈ ਸਕਦੇ ਹੋ। ਸੇਮ ਮਸ਼ੀਨ ਜਿਹੜੀ ਅੰਦਰ ਤੁਹਾਨੂੰ ਦਿਖਾਈ ਜੀ, ਇੱਥੇ ਵੀ ਲੱਗੀ ਆ, ਇੱਥੋਂ ਤੁਸੀਂ ਟਿਕਟ ਲੈ ਸਕਦੇ ਹੋ।